ਕਰਕੇ ਸਟਾਰਟ ਜਸ ਕਰਨੇ ਹੋਏ। ਲਓ ਵੀ ਮਿੱਤਰੋ UPL ਕੰਪਨੀ ਵਾਲਿਆਂ ਨੇ ਆ ਮਸ਼ੀਨਾਂ ਭੇਜਤੀਆਂ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਸੇਵਾ ਵਾਸਤੇ, ਸ਼ਕਤੀਮਾਨ ਵਾਲਿਆਂ ਦੀਆਂ ਬਣਾਈਆਂ ਵੀ ਨੇ। ਤੇਰੀ ਤੇ ਇਹ 'ਚ ਕਹਿੰਦੇ ਪਾਣੀ ਪੈ ਜਾਂਦਾ ਮਿੱਤਰੋ, 600 ਲੀਟਰ ਦੀ ਟੈਂਕੀ ਹੈ ਇਹਦੀ, ਤੇ ਆਹ ਚੱਕਿਆ ਜਾਂਦਾ ਤਾਂ। ਤੇ UPL ਵਾਲਿਆਂ ਨੇ ਡੀ ਕੰਪੋਜਰ ਭੇਜੇ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਣਾ। ਆਹ ਪਏ ਨੇ, ਆਹ ਦਵਾਈ ਹੈਗੀ ਉਹ ਜਿਹੜੀ ਮਸ਼ੀਨਾਂ ਦੇ ਵਿੱਚ ਘੋਲ ਕੇ ਪੈਂਦੀ ਹੈ, ਕਹਿੰਦੇ ਇਹਨੂੰ ਵਾਹਣ ਦੇ ਵਿੱਚ ਸੜਕ ਅਨੁਸਾਰ। ਜੇ ਤਾਂ ਆਪਾਂ ਜੋਤ ਬੈਠੇ ਨਾ ਉੱਪਰ ਹੈ ਪਠਿਆਲਾ, ਖੜ ਜਾ ਰੋਕ ਲਾ, ਚੜ ਜਾ ਰੋਂ ਦੀ ਲੈ ਵੀ ਸਾਡੇ ਵਾਲੇ ਸ਼ੋਰ ਨੂੰ ਚੜ੍ਹ ਤਾਂ ਆਪਾਂ ਇਹਦੇ ਉੱਪਰ, ਅਤੇ ਚੱਲ ਪੁੱਤ ਚੱਲ ਜਾਇਓ ਦੇਖ ਕੇ ਚੰਗਾ, ਹੱਥ ਪਾ ਕੇ ਰੱਖੇ ਨੂੰ ਅਤੇ ਚਲੋ। ਅਤੇ ਕਹਿੰਦੇ ਵੀ ਇੱਕ ਕਿੱਲੇ ਦੇ ਵਿੱਚ ਸੜਕ ਕੇ ਜੇ ਤਾਂ ਆਪਾਂ ਨਾਲ ਦੀ ਨਾਲ ਰੂਟਾਵੇਟਰ ਜਾਂ ਸੁਪਰ ਸੀਡਰ ਨਾਲ ਉਹਨੂੰ ਕੁਛ ਬੀਜ ਦਈਏ, ਫਿਰ ਤਾਂ ਉਹ ਗਲ ਜਾਂਦਾ 8 ਦਿਨਾਂ ਦੇ ਵਿੱਚ, ਨਹੀਂ ਫਿਰ 25 ਦਿਨਾਂ ਦੇ ਵਿੱਚ ਉਹ ਜਮ੍ਹਾਂ ਆਪਾਂ ਕਹਿ ਦਈਏ ਵੀ ਜਿਹੜੇ ਉਹਦੇ ਜੀਵਾਣੂ ਹੁੰਦੇ ਨੇ ਡੀਕੰਪੋਜਰ ਵਾਲੇ, ਉਹ ਜਮ੍ਹਾਂ ਉਹਨੂੰ ਖਤਮ ਕਰ ਦਿੰਦੇ ਹੈਗੇ। ਅਤੇ ਇਹਦੀ ਨਾ ਜਿਹੜੀ ਬੁਕਿੰਗ ਹੈ ਉਹ ਔਨਲਾਈਨ ਹੁੰਦੀ ਹੈ। ਆਹ ਦੇਖ ਲਓ ਤੁਸੀਂ ਨਿਊਚਰ ਫਾਰਮ, nuture.farm ਹੈ ਨਾ, ਅਤੇ ਇੱਧਰ ਵੀ ਹੈ। ਅਤੇ ਇਹ ਮੈਂ ਤੁਹਾਨੂੰ ਦਿਖਾਉਣਾ ਮਿੱਤਰੋ, ਅਤੇ ਆਹ ਐਪ 'ਤੇ ਜਾ ਕੇ ਕਹਿੰਦੇ ਬੁਕਿੰਗ ਹੁੰਦੀ ਹੈ, ਚੰਗੀ ਤਰ੍ਹਾਂ ਦੇਖ ਲਓ। ਅਤੇ ਇਹਦੇ ਨਾਲ ਹੀ ਬੁਕਿੰਗ ਕਰਵਾਓ ਜਿਹੜੇ ਵੀ ਤੁਸੀਂ ਏਰੀਏ ਦੇ ਵਿੱਚੋਂ, ਉੱਥੇ ਆਹ ਐਪ 'ਤੇ ਕਰਾ ਕੇ ਬੁਕਿੰਗ, ਅਤੇ ਇਹਨਾਂ ਤੋਂ ਕਰਵਾ ਸਕਦੇ ਹੋ ਬੁੱਕ। ਸੋ ਚੱਲਦਾ ਨਾ ਪਿੰਡਾਂ ਦੇ ਵਿੱਚ, ਜੇ ਲੋਕਾਂ ਨੂੰ ਪੁੱਛਿਆ ਕਹਿੰਦੇ ਵੀ ਤੁਹਾਡੇ ਪਿੰਡ ਮਸ਼ੀਨ ਆਈ ਵੀ ਆ, ਕਹਿੰਦੇ ਮਸ਼ੀਨ ਨਹੀਂ ਹੈਗੀ ਬਾਈ, ਕਹਿੰਦੇ ਮੱਕੜੀ ਆਈ ਵੀ ਹੈ। ਲੋਕ ਇਹਨੂੰ ਮੱਕੜੀ ਕਹਿਣ, ਹੁਣ ਦੇਖ ਕੇ ਐਂ ਲੱਗਦਾ ਸੱਚੀ ਉਹ ਮੱਕੜੀ ਹੀ ਹੈ। ਆ ਜਾਓ ਦਿਖਾਉਣੇ ਹੁਣ ਆਪਾਂ ਆ ਗਏ ਇੱਥੇ, ਅਤੇ ਆਹ ਦੇਖ ਲਓ ਬਾਈ ਇੱਧਰ ਵੀ ਨਰਮੇ ਕਿੰਨੇ ਸੋਹਣੇ ਖਿੜੇ ਵੇ ਆ, ਹੈ ਨਾ। ਜੇ ਹੀ ਕਿਤੇ ਇੰਨੇ ਸੋਹਣੇ ਨਰਮੇ ਤਲਵੰਡੀ ਖਿੜੇ ਹੁੰਦੇ, ਕੰਪਨੀਆਂ ਦਾ ਬੇੜਾ ਨਾ ਵਹਿੰਦਾ, ਵੀ ਨਕਲੀ ਕੰਪਨੀਆਂ ਨਾ ਦਿੰਦੀਆਂ, ਤਾਂ ਉੱਧਰ ਵੀ ਐਂ ਖਿੜਦੇ ਯਾਰ। ਅਤੇ ਆਹ ਦੇਖੋ ਬਾਈ ਕੰਬਾਈਨ ਇੱਥੇ ਝੂਨਾ ਵੱਢੀ ਜਾਂਦੀ ਹੈ ਜਮ੍ਹਾਂ ਤਾਜ਼ਾ। ਅਤੇ ਇੱਦੋਂ ਬਾਅਦ ਇੱਥੇ ਆਪਾਂ ਉਹ ਖੜੀ ਆ ਜਿਹਨੂੰ ਮੱਕੜੀ ਜੀ ਕਹਿੰਦੇ ਨੇ, ਇਹਦੇ ਵਿੱਚ ਪਾਣੀ ਪਈ ਜਾਂਦਾ, ਦਵਾਈ ਪਾਉਣਗੇ ਜਿਹੜੀ ਉਹ ਵੇਸਟ ਦੀ ਕੰਪੋਜਰ ਹੈ, ਅਤੇ ਇਹਦੇ ਉੱਪਰ ਛਿੜਕਾਂਗੇ ਅਤੇ ਦਿਖਾਉਂਦੇ ਹਾਂ ਤੁਹਾਨੂੰ ਉਹਦਾ ਜਮ੍ਹਾਂ ਤਾਜ਼ਾ ਟ੍ਰਾਇਲ, ਅਤੇ ਨਾਲੇ ਲਾਈਵ ਵੀ ਪਾਵਾਂਗੇ, ਵੀਡੀਓ ਨੂੰ ਦੇਖਿਓ ਤੁਸੀਂ ਚੰਗੀ ਤਰ੍ਹਾਂ। ਮਿੱਤਰੋ ਬਣੇ ਰਹੇ ਹੋ।